ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਪੀ ਐੱਸ ਟੈਟ ਸਟੱਡੀ ਨੋਟਸ ਦੇ ਉੱਪਰ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ, ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ, ਜਿਸ ਦੇ ਵਿੱਚ ਹਿਸਟਰੀ, ਸਿਵਿਕਸ ਦਾ ਕਾਫੀ ਜਿਹੜਾ ਸਿਲੇਬਸ ਹੋ ਚੁੱਕਾ ਹੈ, ਔਰ ਬਹੁਤ ਜਲਦੀ ਜੋਗ੍ਰਾਫੀ ਔਰ ਪੰਜਾਬੀ ਮਾਸਟਰ ਕਾਡਰ ਦੀਆਂ ਵੀਡੀਓ ਵੀ ਤੁਹਾਨੂੰ ਮਿਲ ਜਾਣਗੀਆਂ। ਕੁਝ ਵੀਡੀਓ ਜਿਹੜੀਆਂ ਨੇ ਅਪਲੋਡ ਨੇ ਜੀ, ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ। ਔਰ ਹੁਣ ਤੱਕ ਦੀਆਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹੜੀ ਪਲੇਲਿਸਟ ਸ਼ੋਅ ਹੋ ਜੂਗੀ ਜੀ, ਔਰ ਪੀ ਡੀ ਐਫ ਦਾ ਲਿੰਕ ਵੀ ਤੁਹਾਨੂੰ ਜਿਹੜਾ ਹੈ ਹਿਸਟਰੀ ਆਫ ਪੰਜਾਬ ਦਾ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ। ਉਸ ਪੀ ਡੀ ਐਫ ਦੀ ਹੈਲਪ ਦੇ ਨਾਲ ਵੀ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ। ਔਰ ਇਸ ਤੋਂ ਇਲਾਵਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਹੁੰਦਾ ਵਿਭਾਗ ਵੱਲੋਂ ਜਾਂ ਕੋਈ ਵੀ ਪੋਸਟ ਨਿਕਲਦੀ ਹੈ ਜੀ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਮਿਲਦੀ ਰਹੇ ਜੀ। ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਜੀ, ਜੋ ਕਿ ਰਿਲੇਟਡ ਹੈ ਜੀ ਵਿਭਾਗ ਵੱਲੋਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਿਹੜਾ ਇੱਕ ਸੋਧ ਪੱਤਰ ਜਾਰੀ ਕੀਤਾ ਗਿਆ ਜੀ, ਜੋ ਪੋਸਟਾਂ ਨਿਕਲੀਆਂ ਸੀ ਬਾਰਡਰ ਏਰੀਏ ਦੀਆਂ, ਔਰ ਉਸ ਦੇ ਵਿੱਚ ਜਿਹੜਾ ਅੱਜ ਸੋਧ ਪੱਤਰ ਜਾਰੀ ਹੋਇਆ, ਅਲੱਗ ਅਲੱਗ ਜਿਹੜੀਆਂ ਪੋਸਟਾਂ ਦੇ ਵਿੱਚ ਕੈਟਾਗਰੀ ਵਾਈਜ਼ ਅਸਾਮੀਆਂ ਦੀ ਵੰਡ ਦੇ ਵਿੱਚ ਸੋਧ ਕੀਤੀ ਗਈ ਹੈ ਜੀ। ਔਰ ਇਸ ਤੋਂ ਇਲਾਵਾ ਜਿਹੜਾ ਹੈ, ਇਹ ਤੁਸੀਂ ਦੇਖ ਸਕਦੇ ਹੋ ਜੀ, ਸੋਧ ਜਿਹੜੀ ਕਰਕੇ ਹੁਣ ਜਿਹੜੀਆਂ ਸਾਇੰਸ ਦੀਆਂ ਪੋਸਟਾਂ ਨੇ ਉਹ 1207 ਹੋ ਗਈਆਂ ਨੇ ਜੀ ਟੋਟਲ। ਔਰ ਇਸ ਦੇ ਨਾਲ ਹੀ ਜਿਹੜਾ ਹੈ ਅੱਗੇ ਆਪਾਂ ਦੇਖ ਸਕਦੇ ਹਾਂ ਜੀ, ਅੰਗਰੇਜ਼ੀ ਦੀਆਂ ਪੋਸਟਾਂ ਜਿਹੜੀਆਂ ਨੇ ਹੁਣ ਟੋਟਲ 955 ਹੋ ਗਈਆਂ ਨੇ ਜੀ। ਔਰ ਅੱਗੇ ਹੈ ਜੀ ਕੈਟਾਗਰੀ ਵਾਈਜ਼ ਜਿਹੜੀ ਵੰਡ, ਇਸ ਨੂੰ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਦੇਖ ਸਕਦੇ ਹੋ ਜੀ ਕਿਸ ਤਰੀਕੇ ਦੇ ਨਾਲ ਹੈ। 964 ਪੋਸਟਾਂ ਹੋ ਗਈਆਂ ਨੇ ਜੀ, ਇਹ ਹੈਗੇ ਨੇ ਜੀ ਹਿਸਾਬ ਦੀਆਂ ਜੀ। ਸੋ ਮੈਥ ਦੀਆਂ ਜਿਹੜੀਆਂ 964 ਹੋ ਗਈਆਂ ਨੇ ਜੀ। ਔਰ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਹੈ ਐੱਸ ਐੱਸ ਟੀ ਦੀਆਂ ਜਿਹੜੀਆਂ ਪੋਸਟਾਂ ਨੇ ਜੀ, ਉਹ ਹੁਣ 54 ਨੇ ਜੀ। ਕੈਟਾਗਰੀ ਵਾਈਜ਼ ਜਿਹੜੀ ਵੰਡ ਹੈ ਇਸ ਪ੍ਰਕਾਰ ਹੈ, ਜਿਸ ਨੂੰ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਜਰਨਲ ਦੇ ਲਈ 10 ਨੇ ਜੀ, ਬਾਕੀ ਅਲੱਗ ਅਲੱਗ ਕੈਟਾਗਰੀ ਦੇ ਨਾਲ ਜੀ। ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬੀ ਦੀਆਂ ਪੋਸਟਾਂ ਵੀ ਜਿਹੜੀਆਂ ਨੇ ਉਹ 62 ਨੇ ਜੀ ਹੁਣ, ਔਰ ਕੈਟਾਗਰੀ ਵਾਈਜ਼ ਜਿਹੜੀ ਵੰਡ ਹੈ ਉਹ ਇਸ ਤਰ੍ਹਾਂ ਹੈ ਜੀ ਹੁਣ। ਔਰ ਇਸ ਤੋਂ ਇਲਾਵਾ ਜਿਹੜਾ ਹੈ ਹਿੰਦੀ ਦੀ ਜੇਕਰ ਆਪਾਂ ਗੱਲ ਕਰੀਏ, ਤਾਂ ਹਿੰਦੀ ਦੀਆਂ ਜਿਹੜੀਆਂ ਹੁਣ ਪੋਸਟਾਂ ਨੇ ਉਹ 52 ਨੇ ਜੀ। ਕੈਟਾਗਰੀ ਵੰਡ ਜਿਹੜੀ ਹੈ ਇਸ ਦੇ ਅਕੋਰਡਿੰਗ ਹੈ, ਜੋ ਤੁਸੀਂ ਉੱਪਰ ਦੇਖ ਲਿਓ ਜਰਨਲ ਦੀਆਂ, ਇਸ ਦੇ ਵਿੱਚ 8 ਨੇ ਜੀ। ਔਰ ਇਸ ਦੇ ਨਾਲ ਹੀ ਹੋਰ ਜਿਹੜਾ ਇੰਪੋਰਟੈਂਟ ਅਪਡੇਟ ਹੈ ਜੀ, ਉਹ ਇਹ ਹੈ ਕਿ ਡੇਟ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਜੀ, 25 ਅਗਸਤ ਤੱਕ, ਯਾਨੀ 25/8 ਤੱਕ ਆਪਾਂ ਜਿਹੜਾ ਹੁਣ ਅਪਲਾਈ ਕਰ ਸਕਦੇ ਹਾਂ ਜੀ, ਔਰ 5 ਵਜੇ ਤੱਕ ਇਸ ਨੂੰ ਅਪਲਾਈ ਕਰ ਸਕਦੇ ਹਾਂ, ਔਰ ਫੀਸ ਜਿਹੜੀ ਜਮ੍ਹਾਂ ਉਹ 27/8 ਤੱਕ ਕਰ ਸਕਦੇ ਹਾਂ, 5 ਵਜੇ ਤੱਕ ਬੈਂਕ ਦੇ ਵਿੱਚ ਜੀ। ਸੋ 25/8 ਤੱਕ। ਔਰ ਇਸ ਦੇ ਨਾਲ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਕਿ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅਪਲਾਈ ਕਰ ਲਿਆ ਜੀ, ਜਿਨ੍ਹਾਂ ਵੱਲੋਂ ਕੀਤਾ ਜਾ ਚੁੱਕਾ ਅਪਲਾਈ, ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ। ਜਿਹੜੇ ਉਮੀਦਵਾਰ ਅਜੇ ਤੱਕ ਅਪਲਾਈ ਨਹੀਂ ਕਰ ਸਕੇ, ਸੋ ਵਿਭਾਗ ਦੀ ਵੈਬਸਾਈਟ www.educationalrecruitment.board.com ਤੇ ਔਨਲਾਈਨ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਨੇ ਜੀ, 25/8/2020 ਤੱਕ, ਔਰ ਫੀਸ 27/8/2020 ਤੱਕ ਜੀ। ਔਰ ਹੋਰ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਔਰ ਵੀਡੀਓ ਦੀ ਜਿਹੜੀ ਪੀ ਡੀ ਐੱਫ, ਜਿਹੜੇ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਜੀ ਪ੍ਰੈਪਰੇਸ਼ਨ ਵਾਸਤੇ, ਸੋ ਉਸਦਾ ਪੀ ਡੀ ਐੱਫ ਤੁਹਾਨੂੰ ਐਪ ਬਹੁਤ ਜਲਦੀ ਸਿਵਿਕਸ ਔਰ ਹਿਸਟਰੀ ਦਾ ਵੀ ਮਿਲ ਜਾਏਗਾ। ਹਿਸਟਰੀ ਆਫ ਪੰਜਾਬ ਦਾ ਐਪ ਜਿਹੜਾ ਉਹ ਅਪਲੋਡ ਹੋ ਚੁੱਕਾ ਹੈ, ਔਰ ਗੂਗਲ ਪਲੇ ਸਟੋਰ ਤੋਂ ਤੁਸੀਂ ਜਿਹੜਾ ਉਸਨੂੰ ਡਾਊਨਲੋਡ ਕਰ ਸਕਦੇ ਹੋ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।